हाँ जी भी जी, सारे वीरों सत श्रीकाल जी। संदीप डेयरी फार्म तरफ बहुत बहुत वेलकम है जी। अज की भीर जी अपनी विजिट हैगी पिंड चहला जी, जिला लुधियाना पैंदा तहसील समराला। इन्हें भीर पहले वीडियो बना लगे जी, आप कुछ एनीमल सेल है जी। हुण बाई जी ने गलबात करें की प्राइज ते की मिलक रिकॉर्ड आ। उस तो पहले रिक्वेस्ट करेंगे जी कि जिहड़े भीर अपने पहले वीडियो वेख रहे, रिक्वेस्ट है कि अपने चैनल सबसक्राइब करन जी, ते घंटी दा बटन जरूर दबाउन तां कि तुहाडा नवीं वीडियो आ सके। ਹੁਣ ਬਾਈ ਜੀ ਨੇ ਗੱਲਬਾਤ ਕਰ ਰਹੀ ਹੁਣ ਆਪਾਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਤੁਹਾਡਾ ਵੀ ਬਹੁਤ ਸਵਾਗਤ ਹੈ ਜੀ। ਹਾਂਜੀ, ਚਲੋ ਵੀਰ ਜੀ ਆਪਣਾ ਇਹ ਦੱਸੋ ਕਿ ਵਪਾਰ ਕਰਦੇ ਜੀ ਆਪਾਂ। ਭਾਈ ਥੋੜ੍ਹਾ ਬਹੁਤਾ ਕਰ ਲਈਏ, ਕਹਿੰਦਾ ਪਸ਼ੂ ਆ ਜਾਂਦਾ ਪਰ ਅਸੀਂ ਆਪਣਾ ਦੁੱਧ ਦਾ ਕੰਮ ਹੈ। ਅੱਛਾ, ਦੁੱਧ ਦਾ ਕੰਮ ਹੈ ਤੁਹਾਡਾ? ਠੀਕ ਹੈ ਜੀ। ਮੈਂ ਮਾੜਾ ਮਾੜਾ, ਚਲੋ ਜਿਸ ਤਰ੍ਹਾਂ ਵੀ ਹੋਏਗਾ, ਪਸ਼ੂ ਜਿਹੜਾ ਆਇਆ ਵਧੀਆ ਆਈ ਚਲਾਈ ਚਲੀ ਜਾਂਦੀ ਹੈ। ਹਾਂਜੀ ਹਾਂਜੀ, ਠੀਕ ਹੈ ਜੀ, ਠੀਕ ਹੈ। ਚਲੋ ਵੀਰ ਜੀ ਨਾਮ ਬੋਲੋ ਆਪਣਾ। ਮੇਰਾ ਨਾਮ ਵਿਵੇਕ ਹੈ ਜੀ। ਹਾਂਜੀ, ਪਿੰਡ ਚਹਿਲਾਂ, ਠੀਕ ਹੈ, ਸਮਰਾਲਾ, ਜ਼ਿਲ੍ਹਾ ਲੁਧਿਆਣਾ ਜੀ। ਫੋਨ ਨੰਬਰ ਬੋਲੋ ਜੀ। 9782 0484 ਤੇ। ਇੱਕ ਫਿਰ ਬੋਲੋ ਜੀ, 9782 0484 ਤੇ। ਠੀਕ ਹੈ ਜੀ। ਵੀਰ ਜੀ ਇਸ ਟਾਈਮ ਤਿੰਨੇ ਗਾਈਆਂ ਸੇਲ ਹੈ ਜੀ? ਹਾਂਜੀ, ਤਿੰਨ ਜਰਸੀਆਂ ਸੇਲ ਜੀ। ਠੀਕ ਹੈ, ਕੱਲਾ ਜਰਸੀ ਲੈ ਕੇ ਨਹੀਂ ਫਿਰ ਕਿ ਜਿਹੜੀ ਮਿਲ ਜੀ? ਐਚ ਓ ਵੀ ਆਈ ਜੀ ਅੱਗੇ। ਐਚ ਓ ਵੀ ਆ, ਚਲੋ ਠੀਕ। ਇਹਦੇ ਬਾਰੇ ਗੱਲ ਕਰੋ ਜੀ, ਇਹ ਕਿੰਨੇ ਸੂਏ ਜੀ? ਇਹ ਜੀ ਦੂਜੇ ਸੂਏ ਆ ਜੀ। ਦੂਜੇ ਸੂਏ ਆ? ਹਾਂਜੀ, ਠੀਕ ਹੈ ਜੀ। ਅਤੇ ਕੀ ਰਿਕਾਰਡ ਸੀ ਵੀਰ ਜੀ ਦਾ ਪਹਿਲੇ ਦਾ? ਪਹਿਲੇ ਦਾ ਜੀ 16 ਲੀਟਰ ਤੱਕ ਹੈ ਮੱਛੀ ਦਾ। 16 ਲੀਟਰ ਹੈ ਜੀ? ਹਾਂਜੀ ਹਾਂਜੀ। ਅਤੇ ਵੀਰ ਜੀ ਕਿੰਨਾ ਕੁ ਟਾਈਮ ਲੈ ਜੂ ਹਜੇ? ਬਸ ਭਾਈ ਹਾਜ਼ਰ ਯਾਰ, 2-4 ਦਿਨ ਲਊਗੀ ਬਸ। 2-4 ਦਿਨ ਲਊਗੀ? ਹਾਂਜੀ ਹਾਂ, ਬਸ ਠੀਕ। ਤਾਂ ਵੀਰ ਜੀ ਦੇਖੋ, ਹਾਜ਼ਰ ਹੋਰ ਬਣਾ। ਹਾਂਜੀ ਬਿਲਕੁਲ, ਬਸ 2-4 ਦਿਨ ਲਓ। ਅਤੇ ਵੀਰ ਜੀ ਫਿਰ ਖੋਲੋ ਜੀ, ਦਿਖਾਈਏ ਵੀਰਾਂ ਨੂੰ ਆਪਾਂ। ਚਲੋ ਵੀਰ ਜੀ ਦੇਖੋ। ਅਤੇ ਵੀਰ ਜੀ ਫਿਰ ਐਰ ਕੀ, ਫਿਰ ਕੀ ਉਮੀਦ ਕਰਦੇ, ਕਿੰਨਾ ਕਰੂਗੀ ਜੀ? 18 ਪਲੱਸ ਕਰੋਗੇ। ਆਹ ਦੇਖੋ ਵੀਰ ਜੀ, ਪਿਓਰ ਬਰੀਡ ਵਿੱਚ ਹੈ ਜੀ ਫੈਟ। ਠੀਕ ਹੈ, ਆਹ ਦੇਖੋ, ਆਹ ਦੇਖੋ। ਲੇਵਾ ਦੇਖੋ ਜੀ, ਲੇਵਾ ਬਹੁਤ ਸੋਹਣਾ ਲੇਵਾ ਜੀ। ਲਿਓ ਬਾਈ ਜੀ, ਲਿਓ ਲਿਓ। ਬਾਈ ਜੀ ਚੁਆਈ ਜੂ ਬਿਲਕੁਲ ਠੀਕ ਹੈ ਜੀ? ਆਹ ਦੇਖੋ ਵੀਰ ਜੀ, ਥਾਂ ਥੁਣ ਦੇਖੋ ਜੀ। ਅਤੇ ਵੀਰ ਜੀ ਫਿਰ ਇਹਦੀ ਕੀਮਤ ਜੀ? 18 ਮਾਰ ਲੱਗਿਆ? ਮਾਰ ਲਓ ਮਾਰ ਲਓ, ਫਿਰ ਤਾਂ ਬਹੁਤ ਵਧੀਆ ਗੱਲ ਹੈ ਜੀ। ਆਹ ਦੇਖੋ ਜੀ, ਠੀਕ ਹੈ ਜੀ, ਬਸ ਠੀਕ ਹੈ ਜੀ। ਆਹ ਦੇਖੋ ਜੀ, ਬਸ ਬਹੁਤ ਵਧੀਆ ਗੱਲ ਹੈ ਜੀ। ਇੱਕ ਚਲੋ ਦਿੱਕਤ ਨਹੀਂ ਹੁੰਦੀ ਕਈਆਂ ਨੇ। ਇਹਦੀ ਕੀਮਤ ਕੀ ਜੀ? 55,000 ਰੁਪਇਆ। ਬਾਕੀ ਵੀਰ ਜੀ ਨੇ ਮੌਕੇ ਥੋੜ੍ਹਾ ਬਹੁਤ ਮਾਨਤਾ ਜੀ ਕਰ ਦਿਓ। ਠੀਕ, ਇੱਧਰ ਆਓ ਜੀ, ਇਹਦੇ ਬਾਰੇ ਦੱਸੋ ਜੀ। ਦਸ ਅਗਸਤ ਨੂੰ, ਠੀਕ ਹੈ ਜੀ, ਦੋਵਾਂ ਟਾਈਮਾਂ ਦਾ ਮੰਨ ਕੇ ਚਲੋ, ਹਜੇ 10 ਅਗਸਤ 2 ਮਹੀਨੇ ਲੈ ਜਾਊਗਾ ਤੁਹਾਡਾ। 42 ਦਿਨ, ਠੀਕ ਹੈ ਜੀ। ਚਲੋ ਵੀਰ ਜੀ ਵੀ ਖੋਲੋ। ਅਤੇ ਇਹਦਾ ਕੀ ਰਿਕਾਰਡ ਸੀ ਵੀਰ ਜੀ ਸੱਜਰ ਦਾ? 15 ਲੀਟਰ ਦੂਜੇ ਸੋਏ ਦਾ। ਅਭੀ ਜੀ ਦੇਖੋ, ਦੂਜੇ ਸੋਏ ਦਾ 15 ਲੀਟਰ ਦੁੱਧ। ਆਹ ਦੇਖੋ ਲੇਵਾ ਲੂਵਾ ਦੇਖੋ, ਹੌਲੀ ਆਹ ਦੇਖੋ ਨਾੜ ਦੇਖੋ ਜੀ ਦੁੱਧ ਵਾਲੀ। ਹਾਂਜੀ, ਅਤੇ ਭਾਅ ਜੀ ਫਿਰ ਲੇਵਾ ਪੂਰਾ ਤਿਆਰ ਕਰਦੀ ਹੋਊਗੀ ਜੀ? ਆ ਜਾਓ ਵੀਰ ਜੀ, ਲਿਆਓ ਜੀ ਲਿਆਓ। ਵੀਰ ਜੀ ਫਿਰ ਇਹਦੀ ਕੀਮਤ ਜੀ? 44,000 ਰੁਪਏ ਕੀਮਤ ਹੈ ਜੀ ਇਹਦੀ। ਠੀਕ ਹੈ ਜੀ, ਬਾਕੀ ਇਹਦੇ ਮੌਕੇ ਲੈਸ ਕਰੋਗੇ ਜੀ? ਠੀਕ ਹੈ, ਅਤੇ ਵੀਰ ਜੀ ਇਹਦੇ ਬਾਰੇ ਦੱਸੋ ਜੀ। 15 ਕੁ ਦਿਨ ਜੀ। ਅੱਛਾ ਠੀਕ ਹੈ ਜੀ, ਠੀਕ ਹੈ ਜੀ, ਪਹਿਲ ਲੈਂਦਾ ਹੈ ਜੀ, ਠੀਕ ਹੈ। ਅਤੇ ਇਹ ਵੀ ਖੋਲੋ ਵੀਰ ਜੀ ਫਿਰ। ਅੱਛਾ, ਇਹ ਜਾਂਦਾ ਮੂੰਹ। ਠੀਕ ਹੈ ਜੀ, ਦੇਖੋ 6 ਦੰਦ ਹੈ ਜੀ। ਅਤੇ ਦੂਜਾ ਸੂ ਸੋਹਣੀ ਜੀ, ਦੂਜਾ ਸੂ ਸੋਹਣੀ ਹੈ ਜੀ। ਅਤੇ ਬੈਡ ਵੀ ਬਹੁਤ ਸੋਹਣੀ ਹੈ, ਪਿਓਰ ਬਰੀਡ ਵਿੱਚ ਹੈ ਜੀ ਇਹ ਵੀ। ਆ ਦੇਖੋ, ਲੈ ਚਲੀਏ।
ਆ ਜਾਓ ਜੀ। ਸਾਨੂੰ ਦੇਖੋ ਥਣ ਬਹੁਤ ਸੋਹਣੇ ਲੱਗਿਆ ਦੇਖੋ। ਇਹ ਵਿਧੀ ਪਰਿੰਦੀ ਕੀਮਤ ਜੀ? ਇਹਦੀ ਕੀਮਤ 47 ਹੈ। 47000 ਰੁਪਏ ਕੀਮਤ ਮਰਗੀ ਬੱਚੀ ਹੈ ਜੀ। ਠੀਕ ਹੈ ਜੀ, ਕਹਾਂ ਨੂੰ ਬੱਚੇ ਬੱਚੇ ਵਧੀਆ ਜਰਸੀ ਲੈ। ਤੇ ਵਿਧੀ ਜੋ ਤਿੰਨੇ ਦੋਗੇ ਫਿਰ ਪੂਰਾ ਲੈਸ ਕਰੋਗੇ ਪੂਰਾ ਮਾਨਤਨ ਫੇਰ ਕਰ ਦਾਂਗੇ। ਹਾਂ ਜੀ ਫੇਰ ਮਾਨਤਨ ਕਰ ਦਾਂਗੇ। ਹਾਂ ਜੀ ਹਾਂ ਬਿਲਕੁਲ। ਚਲੋ ਵੀ ਜੀ ਦੇਖੋ ਤਿੰਨੇ ਜਰਸੀ ਗਾਈਆਂ ਬਹੁਤ ਸੋਹਣੀਆਂ ਜੀ। ਤੇ ਇੱਕ ਵਾਰੀ ਲੇਵਾ ਫਿਰ ਚੈੱਕ ਕਰ ਲਓ। ਆ ਦੇਖੋ ਥਣ ਥਣ ਦੇਖੋ ਕਿੰਨੇ ਸੋਹਣੇ ਲੱਗੇ ਆ। ਠੀਕ ਹੈ ਜੀ। ਚਲੋ ਵੀ ਜੀ ਐਂ ਕਰੋ ਨੰਬਰ ਆਦਾ ਬੋਲੋ ਤੇ ਐਡਰੈਸ ਸਹੀ ਬੋਲ ਦਿਓ ਆਪਣਾ। ਨਾਮ ਵਿਵੇਕ ਕੁਮਾਰ ਜੀ। ਹਾਂ ਜੀ। ਚੰਡੀਗੜ੍ਹ ਹਾਈਵੇ ਦੇ ਉੱਪਰ ਆ ਨਾ ਜੀ। ਠੀਕ ਹੈ ਜੀ। ਸਤਿ ਸ੍ਰੀ ਅਕਾਲ ਜੀ।